ਤੇ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਹੋਰ ਵੱਡੀ ਵੀਡੀਓ ਦੇ ਵਿੱਚ। ਤੇ ਇਸ ਵੇਲੇ ਦੀ ਜਿਹੜੀ ਵੱਡੀ ਖਬਰ ਆ ਰਹੀ ਆ ਕੇ ਪੋਪ ਗਰੁੱਪ, ਜੀ ਹਾਂ ਦੋਸਤੋ, ਕੋਰੀਅਨ ਪੋਪ ਗਰੁੱਪ ਬਲੈਕ ਪਿੰਕ, ਜੋ ਕਿ ਇੱਕ ਆਪਣੇ ਆਪ ਦੇ ਵਿੱਚ ਬਹੁਤ ਹੀ ਵੱਡਾ ਨਾਂ, ਜਿਸ ਦਾ ਅੰਦਾਜ਼ਾ ਤੁਹਾਨੂੰ ਇੱਥੋਂ ਲੱਗ ਜਾਊਗਾ। ਇਹਨਾਂ ਦੇ 83.2 ਮਿਲੀਅਨ ਯੂਟਿਊਬ ਦੇ ਉੱਤੇ ਸਬਸਕ੍ਰਾਈਬਰਸ ਨੇ। ਉਹਨਾਂ ਦੇ ਗਰੁੱਪ ਮੈਂਬਰ ਲਲੀਸਾ ਮੈਨੋਬਨ ਨੂੰ ਸਿੱਧੂ ਮੂਸੇਵਾਲ ਨੇ ਪਿੱਛੇ ਛੱਡ ਦਿੱਤਾ, ਜੋ ਤੁਸੀਂ ਸਕਰੀਨ ਦੇ ਉੱਤੇ ਦੇਖ ਰਹੇ ਹੋ। ਦੋਸਤੋ, ਸਿੱਧੂ ਮੂਸੇਵਾਲ ਦੀਆਂ 37,000 ਵੋਟਾਂ ਨੇ ਤੇ ਉਸ ਦੀ 36,000 ਵੋਟਾਂ। ਤਾਂ ਸਿੱਧੂ ਮੂਸੇਵਾਲ ਦੇ ਸਾਰੇ ਫੈਨਾਂ ਨੂੰ ਬੇਨਤੀ ਆ ਦੋਸਤੋ, ਵੋਟਿੰਗ ਵੱਧ ਤੋਂ ਵੱਧ ਕਰੋ। ਡਿਸਕ੍ਰਿਪਸ਼ਨ ਦੇ ਵਿੱਚ ਆਪਾਂ ਨੇ ਲਿੰਕ ਪਾਇਆ ਹੋਇਆ ਹੈ ਕਿਵੇਂ ਆਪਾਂ ਨੇ ਵੈਬਸਾਈਟ ਦੇ ਉੱਤੇ ਅਤੇ ਐਪਲੀਕੇਸ਼ਨ ਦੇ ਉੱਤੇ ਵੋਟ ਕਰਨੀ ਆ, ਆਪਾਂ ਨੇ ਸਾਰਾ ਵੀਡੀਓ ਦੇ ਵਿੱਚ ਦੱਸਿਆ ਹੋਇਆ ਹੈ। ਜੇਕਰ ਤੁਹਾਨੂੰ ਨਹੀਂ ਪਤਾ ਤਾਂ ਵੀਡੀਓ ਦੇਖ ਕੇ ਜ਼ਰੂਰ ਵੋਟਿੰਗ ਕਰੋ ਤੇ ਸਿੱਧੂ ਮੂਸੇਵਾਲ ਨੂੰ ਟੌਪ 5 ਦੇ ਵਿੱਚ ਲੈ ਕੇ ਆਓ। ਆਪਾਂ ਨੇ ਸਾਰੇ ਕੋਰੀਅਨ, ਜੈਪਨੀਜ਼ ਸਾਰੇ ਆਰਟਿਸਟ ਪਿੱਛੇ ਛੱਡ ਦੇਣੇ ਆ, ਸਾਰੇ ਏਸ਼ੀਆ ਦੇ ਵਿੱਚ ਸਿੱਧੂ ਨੂੰ ਟੌਪ 'ਤੇ ਲੈ ਕੇ ਆਉਣਾ ਆ। ਸੋ ਹੱਥ ਬਣ ਕੇ ਫਿਰ ਬੇਨਤੀ ਆ, ਵੋਟਿੰਗ ਕਰੋ ਦੋਸਤੋ। ਵੀਡੀਓ ਬਣਾਉਣ ਦਾ ਇਹੀ ਮਕਸਦ ਸੀ ਕਿ ਤੁਸੀਂ ਮੋਟੀਵੇਟ ਹੋਵੋ ਕਿ ਆਪਾਂ ਨੇ ਇੰਨੇ ਵੱਡੇ ਆਰਟਿਸਟ ਨੂੰ ਪਿੱਛੇ ਛੱਡ ਦਿੱਤਾ ਆ, ਅਤੇ ਆਪਾਂ ਸਾਰੇ ਆਰਟਿਸਟਾਂ ਨੂੰ ਪਿੱਛੇ ਛੱਡ ਸਕਦੇ ਹਾਂ ਜੇ ਆਪਾਂ ਮਿਹਨਤ ਕਰੀਏ, 25 ਤਰੀਕ ਤੱਕ ਵੋਟਿੰਗ ਕਰਦੇ ਰਹੀਏ। ਧੰਨਵਾਦ।